अंदर ये मुंडे दे सहुरा, मुंडे दी सस, मुंडे दी घरवाली ते दो बच्चे सीगे, पांच परिवार दे जी सीगे अंदर, उन्होंने अग ला के उन्होंने साड़ता जी। ये डरदा होया ये अपने आप आके ते दरख्त दे नाल चिंबड़ के फाहा लै लिया जी ने। असी पिंड दे वकील भी हैगे आ, इस करके जाके पता लिया ते वो मरिया खड़ा सीगा, उत्ते लटकिया होया सीगा। ये सारे रिश्तेदारां नाल इहदा झगड़ा सी, कुलदीप दा किसे नाल नहीं इहदी बणदी सी, ना घरदिआं नाल, ना भैणां नाल, ना भरावां नाल। ਉਹ ਸਾਰੇ ਘਰੋਂ ਭਜਾਏ ਸੀ ਉਹਦੇ। ਹਾਂਜੀ, ਤੇ ਆਪਦੀ ਘਰਵਾਲੀ ਦੇ ਨਾਲ ਵੀ ਝਗੜਾ ਉਹਦਾ ਚੱਲਦਾ ਸੀ। ਇਹਦੇ ਰਿਸ਼ਤੇਦਾਰਾਂ ਨੂੰ ਸਾਰਾ ਪਤਾ ਲੱਗ ਗਿਆ ਜੀ, ਪੁਲਿਸ ਡਰਦੇ ਮਾਰੇ ਕੋਈ ਨਹੀਂ ਆਇਆ ਜੀ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਇਸ਼ਾ। ਤੇ ਕੱਲ ਬੇਹਦ ਹੀ ਦਰਦਨਾਕ ਘਟਨਾ ਜੋ ਵਾਪਰੀ ਸੀ ਕਿ ਇੱਕ ਜਵਾਈ ਦੇ ਵੱਲੋਂ ਪੂਰੇ ਸਹੁਰਾ ਪਰਿਵਾਰ ਦੇ ਉੱਤੇ ਪੈਟਰੋਲ ਪਾ ਕੇ ਉਸਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕੁੰਡੀ ਹੈ ਜਿਹੜੀ ਕਿ ਬੰਦ ਕਰ ਦਿੱਤੀ ਜਾਂਦੀ ਹੈ। ਮੌਕੇ 'ਤੇ ਹੀ 4 ਜੀ ਨੇ ਜਿਹੜੇ ਕਿ ਜ਼ਿੰਦਾ ਸੜ ਜਾਂਦੇ ਨੇ ਅਤੇ 5ਵਾਂ ਜੀ ਹੈ ਜਿਹੜੇ ਕਿ ਉਸਨੂੰ ਹੋਸਪਿਟਲ ਲਿਜਾਇਆ ਜਾਂਦਾ, ਉੱਥੇ ਉਸਨੇ ਦਮ ਤੋੜ ਦਿੱਤਾ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਜਵਾਈ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਅਤੇ ਉਸਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਆਤਮ ਹੱਤਿਆ ਕਰ ਲਈ ਗਈ ਹੈ ਅਤੇ ਉਸਦੀ ਜਿਹੜੀ ਕਿ ਮ੍ਰਿਤਕ ਦੇ ਆ ਉਸਨੂੰ ਲਿਆਇਆ ਗਿਆ ਹੈ ਜਗਰਾਉਂ ਦੇ ਸਿਵਲ ਹੋਸਪਿਟਲ ਦੇ ਵਿੱਚ, ਮੋਰਚਰੀ ਦੇ ਵਿੱਚ ਪੋਸਟਮਾਰਟਮ ਦੇ ਲਈ ਉਹਨਾਂ ਨੂੰ ਲਿਆਂਦਾ ਗਿਆ ਹੈ। ਅਤੇ ਉਹਨਾਂ ਇੱਥੇ ਜਿਹੜੇ ਪਿੰਡ ਵਾਲੇ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਘਟਨਾ ਵਾਪਰੀ ਸੀ, ਪੂਰੀ ਘਟਨਾ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਸੀ? ਹਾਂਜੀ, ਘਟਨਾ ਇਹ ਸੀ ਜੀ, ਉਹ ਸਹੁਰਾ ਪਰਿਵਾਰ ਸੀ ਉਹਦਾ ਜੀ, ਉੱਥੇ ਚਲਿਆ ਗਿਆ ਕਿਤੇ ਰਾਤ ਨੂੰ ਇਹ ਜੀ, ਅਤੇ ਇਸ ਤਰ੍ਹਾਂ ਉਹਨੇ ਜਾ ਕੇ ਕੋਈ ਗੱਲ ਕਹੀ ਹੋਣੀ ਹੈ, ਉਹਦੇ ਕੋਲ ਪੈਟਰੋਲ ਸੀਗਾ, ਪੈਟਰੋਲ ਉਹਨੇ ਸਿੱਟ ਕੇ, ਹੋਰ ਵੀ ਬੰਦੇ ਹੈਗੇ ਨਾਲ, ਇੱਕ ਇਕੱਲਾ ਨਹੀਂ ਹੈਗਾ ਜੀ, ਉਹ ਕਹਿੰਦੇ ਹੋਰ ਵੀ ਬੰਦੇ ਹੈਗੇ ਆ, ਉਹਨਾਂ ਨੇ ਪੈਟਰੋਲ ਸੱਟ ਕੇ ਅੱਗ ਲਾਤੀ, ਬਾਹਰੋਂ ਗੇਟ ਬੰਦ ਕਰਤਾ, ਅੰਦਰ 5 ਜੀ ਸੀ, 5 ਦੇ 5 ਜੀ ਤਕਰੀਬਨ ਅੰਦਰ, ਇਹ ਮੁੰਡੇ ਦੇ ਸਹੁਰਾ, ਮੁੰਡੇ ਦੀ ਸੱਸ, ਮੁੰਡੇ ਦੀ ਘਰਵਾਲੀ ਅਤੇ ਦੋ ਬੱਚੇ ਸੀਗੇ, 5 ਪਰਿਵਾਰ ਦੇ ਜੀ ਸੀਗੇ ਅੰਦਰ, ਉਹਨਾਂ ਨੂੰ ਅੱਗ ਲਾ ਕੇ ਉਹਨਾਂ ਨੇ ਸਾੜਤਾ ਜੀ। ਹਾਂਜੀ, ਇਹਦੇ 4 ਦੀ ਮੌਕੇ 'ਤੇ ਮੌਤ ਹੋ ਗਈ, 5 ਦੀ ਹੋਸਪਿਟਲ ਜਾ ਕੇ ਹੋ ਗਈ ਜੀ। ਕੱਲ੍ਹ ਉਹਦਾ ਦਾਗ ਲੱਗਿਆ ਜੀ, ਇਹ ਡਰਦਾ ਹੋਇਆ, ਇਹ ਕੁਲਦੀਪ ਸਿੰਘ ਦਾ ਨਾਮ ਹੈ ਜੀ ਮੁੰਡੇ ਦਾ, ਇਹ ਡਰਦਾ ਹੋਇਆ ਇਹ ਆਪਣੇ ਆਪ ਆ ਕੇ ਤੇ ਦਰਖਤ ਦੇ ਨਾਲ ਚਿੰਬੜ ਕੇ ਫਾਹਾ ਲੈ ਲਿਆ ਜੀ ਇਹਨੇ। ਅਸੀਂ ਸਾਰੇ, ਸਾਨੂੰ ਪਤਾ ਲੱਗਿਆ, ਅਸੀਂ ਪਿੰਡ ਦੇ ਵਕੀਲ ਵੀ ਹੈਗੇ ਹਾਂ, ਇਸ ਕਰਕੇ ਜਾ ਕੇ ਪਤਾ ਲਿਆ ਅਤੇ ਉਹ ਮਰਿਆ ਖੜਾ ਸੀਗਾ, ਉੱਤੇ ਲਟਕਿਆ ਹੋਇਆ ਸੀਗਾ। ਹਾਂਜੀ, ਫਿਰ ਅਸੀਂ ਮੁਲਾਜ਼ਮ ਨੂੰ ਆਪਣੇ ਪੁਲਿਸ ਸਟੇਸ਼ਨ ਨੂੰ ਫੋਨ ਕੀਤੇ, ਉਹਨਾਂ ਨੂੰ ਮੰਗਵਾਇਆ, ਉਹਨਾਂ ਨੇ ਮੌਕੇ 'ਤੇ ਜਾ ਕੇ ਸਾਰੀ ਤਕੀਦ ਕਰਕੇ ਲਾ ਕੇ ਲਿਆ ਕੇ ਸਾਨੂੰ ਹੋਸਪਿਟਲ 'ਚ, ਅਸੀਂ ਹੁਣ ਇਹਦਾ ਮੁਲਾਜ਼ਾ ਕਰਾਉਣ ਆਏ ਹੋਏ ਹਾਂ। ਹਾਂਜੀ, ਇੰਨੀ ਗੱਲ ਹੈ ਜੀ। ਹੋਰ ਸਰ, ਕੋਈ ਪਹਿਲਾਂ ਵੀ ਝਗੜਾ ਹੁੰਦਾ ਰਹਿੰਦਾ ਸੀਗਾ ਇਹਨਾਂ ਦਾ ਆਪਸ ਦੇ ਵਿੱਚ? ਪਹਿਲਾਂ ਜੀ ਕੁਛ ਹੁੰਦਾ ਜਾਂਦਾ ਸੀ, ਇਹ ਸਾਰੇ ਰਿਸ਼ਤੇਦਾਰਾਂ ਨਾਲ ਇਹਦਾ ਝਗੜਾ ਸੀ ਕੁਲਦੀਪ ਦਾ, ਕਿਸੇ ਨਾਲ ਨਹੀਂ ਇਹਦੀ ਬਣਦੀ ਸੀ, ਨਾ ਘਰਦਿਆਂ ਨਾਲ, ਨਾ ਭੈਣਾਂ ਨਾਲ, ਭਰਾਵਾਂ ਨਾਲ, ਉਹ ਸਾਰੇ ਘਰੋਂ ਭਜਾਏ ਹੋਏ ਸੀ ਉਹਦੇ। ਹਾਂਜੀ, ਅਤੇ ਆਪਦੀ ਘਰਵਾਲੀ ਦੇ ਨਾਲ ਵੀ ਝਗੜਾ ਉਹਦਾ ਚੱਲਦਾ ਸੀ, ਇਹ ਲੈਣ ਜਾਂਦਾ ਇਹ ਝਗੜਾ ਚੱਲਦਾ ਪਿਆ ਸੀ ਤੇ ਘਰਵਾਲੀ ਕਦੋਂ ਤੋਂ ਉੱਥੇ ਰਹਿ ਰਹੀ ਸੀ? ਇਹ ਹੋ ਗਏ ਹੁਣ ਪਤਾ ਨਹੀਂ, ਹੁਣ ਵਿੱਚੋਂ ਆ ਜਾਂਦੀ ਸੀ ਕਿਤੇ, 3 ਮਹੀਨੇ ਹੋ ਗਏ ਵੈਸੇ ਉੱਥੇ ਰਹਿ ਰਹੀ ਸੀਗੀ। ਹਾਂਜੀ, ਜਦੋਂ ਕਿਹਾ ਜਾ ਰਿਹਾ ਕਿ ਜਦੋਂ ਉਸ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉੱਥੇ ਪੈਟਰੋਲ ਸਿੱਟਿਆ ਗਿਆ, ਅੱਗ ਲਗਾਈ ਗਈ, ਤਾਂ ਉਸ ਟਾਈਮ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ? ਦੇਖੋ ਜੀ, ਨਸ਼ਾ ਤਾਂ ਮਾੜਾ ਮੋਟਾ ਕਰਦਾ ਹੀ ਸੀਗਾ, ਆਪਾਂ ਕਹਿ ਦਈਏ ਵੀ ਨਹੀਂ ਕਰਦਾ, ਇਹ ਦੇਖਿਆ ਤਾਂ ਹੈ ਨਹੀਂ, ਨਸ਼ੇ ਦੇ ਬਿਨਾਂ ਤਾਂ ਕੰਮ ਹੋ ਨਹੀਂ ਸਕਦਾ ਜੀ। ਹਾਂਜੀ ਜੀ, ਤੇ ਤੁਹਾਨੂੰ ਕਿਸ ਟਾਈਮ ਪਤਾ ਲੱਗਿਆ ਕਿ ਜਿਹੜੇ ਇਹਦੇ ਵੱਲੋਂ ਆਤਮ ਹੱਤਿਆ ਵਾ ਜਿਹੜੀ ਕਿ ਕਰ ਲਈ ਗਈ ਆ? ਇਹਦੇ ਨਾ ਘਰ ਕੋਲੇ ਆ ਜੀ, ਉੱਥੇ ਘਰ ਕੋਲੇ, ਉੱਥੇ ਨਾ ਲਟਕਦਾ ਨਾ ਦੇਖ ਲਿਆ ਵੀ ਬੰਦਾ ਲਟਕਿਆ ਹੋਇਆ ਦਰਖਤ ਦੇ ਨਾਲ, ਉਹਨਾਂ ਨੇ ਸਾਨੂੰ ਫੋਨ ਕੀਤੇ, ਫੋਨ ਤਾਂ ਚੱਲ ਲੱਗੇ ਨਹੀਂ, ਉਹ ਬੰਦਾ ਕਿ ਮੁੰਡਾ ਆ ਕੇ ਸਾਨੂੰ ਕਹਿ ਗਿਆ ਘਰੇ ਭਾਈ ਤੁਹਾਡੇ ਵੀ ਖੇਤ ਹੀ ਆ, ਤੁਹਾਡੇ ਉੱਥੇ ਆ, ਅਤੇ ਆਪਣੇ ਸਰਪੰਚ ਸਾਹਿਬ, ਅਸੀਂ ਪਿੰਡ ਦੇ ਸਰਪੰਚ ਆ ਜੀ, ਮੇਰਾ ਭਾਈ ਵੀ ਛੋਟਾ ਸਰਪੰਚ ਸਾਹਿਬ ਹੈਗਾ, ਸਾਨੂੰ ਤਾਂ ਖਬਰ ਆਉਣੀ ਸੀ ਜੀ ਪਹਿਲਾਂ। ਹਾਂਜੀ, ਤੇ ਸਰ ਜਿਹੜਾ ਲੜਕਾ ਹੈ ਕੁਲਦੀਪ, ਇਸਦਾ ਕੋਈ ਵੀ ਰਿਸ਼ਤੇਦਾਰ ਨਹੀਂ ਆਇਆ, ਹੁਣ ਕਿਸੇ ਨੂੰ ਪਤਾ ਲੱਗਿਆ ਕਿ ਇਹਦੇ ਵੱਲੋਂ ਇਸ ਤਰ੍ਹਾਂ ਆਤਮ ਹੱਤਿਆ ਕਰ ਲਈ ਗਈ? ਇਹਦੇ ਰਿਸ਼ਤੇਦਾਰਾਂ ਨੂੰ ਸਾਰਾ ਪਤਾ ਲੱਗਿਆ ਜੀ, ਪੁਲਿਸ ਡਰਦੇ ਮਾਰੇ ਕੋਈ ਨਹੀਂ ਆਇਆ ਜੀ ਇਹਨਾਂ ਦਾ। ਹਾਂਜੀ, ਇੱਕ ਉਹਨਾਂ ਦੀ ਭੈਣ ਆਈ ਆ, ਉਹ ਤਾਂ ਤਗੀਦ ਕਰਨ ਆਈ ਆ ਵੀ ਲਾਸ਼ ਨੂੰ ਵੀ ਪੋਸਟਮਾਰਟਮ ਕਰਾ ਕੇ ਇਹਦਾ ਸਸਕਾਰ ਹੋ ਜੇ ਬਸ। ਹਾਂਜੀ, ਤੇ ਹੋਰ ਕੋਈ ਵੀ ਨਹੀਂ ਆਇਆ? ਹੋਰ ਨਹੀਂ ਆਇਆ ਜੀ। ਭੈਣ ਇੱਥੇ ਆਈ ਆ? ਭੈਣ ਹੈਗੀ ਹੈ ਜੀ ਇੱਥੇ। ਹਾਂਜੀ, ਉਸਦੀ ਭੈਣ ਆ ਜਿਹੜੀ ਕਿ ਉਹ ਵੀ ਮੌਜੂਦ ਆ, ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ। ਕੁਲਦੀਪ ਦੀ ਭੈਣ ਸਾਡੇ ਨਾਲ ਮੌਜੂਦ ਹੈ, ਕੀ ਗੱਲ ਹੋਈ ਸੀਗੀ ਤੁਹਾਡੇ ਜਿਹੜੇ ਬ੍ਰਦਰ ਦਾ? ਉਹਨੂੰ ਕਿਹਾ ਜਾ ਰਿਹਾ ਕਿ ਨਸ਼ੇ ਦੇ ਵਿੱਚ ਆ ਕੇ ਉਹਨਾਂ ਵੱਲੋਂ ਜਿਹੜਾ ਕਿ ਸਹੁਰਾ ਪਰਿਵਾਰ ਆ ਉਸਨੂੰ ਪੂਰੇ ਨੂੰ ਜ਼ਿੰਦਾ ਜਲਾ ਦਿੱਤਾ ਗਿਆ। ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਜੀ, ਇਹਨਾਂ ਦੇ ਵਿੱਚ ਕੋਈ ਝਗੜਾ ਝੁਗੜਾ ਸੀਗਾ ਕਿਸੇ ਤਰੀਕੇ? ਦੋਵੇਂ ਲੜਦੇ ਸੀਗੇ,
झगड़ा पिछे हुंदा सीगा, पहला नहीं करदा सीगा, हुण ही करन लग्गा। ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵੀ ਆਪਦੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਪੈਟਰੋਲ ਪਾ ਕੇ ਲਗਾ ਦਿੱਤੇ ਗਏ? ਮੈਨੂੰ ਪਤਾ ਹੀ ਨਹੀਂ, ਮੈਨੂੰ ਤਾਂ 7 ਵਜੇ 8 ਵਜੇ ਪਤਾ ਲੱਗਿਆ ਵੀ ਇਹਨੇ ਸਹੁਰੇ ਪਰਿਵਾਰ ਜਲਾ ਦਿੱਤਾ ਸੀ। ਵੀ ਮੇਰੇ ਛੋਟੇ ਭਾਈ ਨੇ ਫੋਨ ਕੀਤਾ ਸੀ ਵੀ ਆਹ ਕੰਮ ਕਰਤਾ, ਮੈਨੂੰ ਨਹੀਂ ਪਤਾ। ਅਤੇ ਬਾਅਦ 'ਚ ਅਸੀਂ ਤਾਂ ਫਿਰ ਭੱਜਣਾ ਹੀ ਸੀਗਾ ਵੀ ਪੁਲਿਸ ਜਾਂਦੀ ਸੀਗੀ ਜੀ, ਹਾਂ ਥੋੜ੍ਹੇ ਸਾਈਡ 'ਤੇ। ਅੱਜ ਫਿਰ ਅਸੀਂ ਆ ਗਏ ਵੀ ਇਹਨਾਂ ਦਾ ਪਤਾ ਲੱਗਾ। ਇਹਤੋਂ ਵੀ ਸਾਨੂੰ ਕਹਿੰਦੇ ਸੀ ਕਿ ਪਾਸੇ ਹੋ ਜਾਓ ਵੀ ਤੁਹਾਨੂੰ ਫੜਨਗੇ ਜੀ। ਹਾਂਜੀ, ਇੰਨੀ ਗੱਲ ਹੀ। ਤੁਹਾਡੇ ਨਾਲ ਕੋਈ ਗੱਲਬਾਤ ਹੋਈ ਇਸ ਤੋਂ ਬਾਅਦ 'ਚ ਉਹਨਾਂ ਦੀ, ਜਦੋਂ ਉਹਨਾਂ ਨੇ ਆਹ ਕੰਮ ਕੀਤਾ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਲ ਆਏ ਹੋਣ ਜਾਂ ਕੋਈ ਗੱਲਬਾਤ ਤੁਹਾਡੇ ਨਾਲ ਕੀਤੀ ਹੋਵੇ? ਨਹੀਂ ਹੋਈ। ਨਹੀਂ ਹੋਈ, ਤੁਸੀਂ ਮਿਲੇ ਉਸ ਤੋਂ ਬਾਅਦ 'ਚ ਉਹਨਾਂ ਨੂੰ? ਨਹੀਂ ਮਿਲੇ। ਅੱਜ ਹੁਣ ਹੀ ਦੇਖ ਕੇ ਫਾਂਸੀ ਮਿਲੇ ਨਹੀਂ ਇਹਨਾਂ ਨੂੰ ਜੀ। ਹੁਣ ਤੁਹਾਨੂੰ ਕਿਹਨੇ ਦੱਸਿਆ ਕਿ ਇਸ ਤਰ੍ਹਾਂ ਉਹਨਾਂ ਨੇ ਫਾਂਸੀ ਲੈ ਲਈ ਆ, ਆਤਮ ਹੱਤਿਆ ਕਰ ਲਈ ਆ? ਸਾਨੂੰ ਮੇਰਾ ਜੀਜਾ ਰਹਿੰਦਾ ਸੀਗਾ ਇੱਧਰ ਰਿਆਣੀ ਮਣੀ, ਉਹਨੇ ਫੋਨ ਲਾਇਆ ਵੀ ਇਸ ਤਰ੍ਹਾਂ ਕੁਲਦੀਪ ਨੇ ਫਾਂਸੀ ਲੈ ਲਈ ਸੀ ਜੀ। ਹਾਂ, ਅਸੀਂ ਤਾਂ ਹੁਣ ਸਾਨੂੰ ਤਾਂ 11-12 ਵਜੇ ਪਤਾ ਲੱਗਿਆ ਜੀ। ਤੁਹਾਨੂੰ ਲੱਗਦਾ ਸੀਗਾ ਕਿ ਤੁਹਾਡਾ ਭਰਾ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਗਾ? ਨਹੀਂ, ਸਾਨੂੰ ਨਹੀਂ ਲੱਗਦਾ ਸੀ। ਸ਼ੁਰੂ ਤੋਂ ਗੁੱਸੇ ਵਾਲੇ ਸੀਗੇ ਜਿਵੇਂ ਪਿੰਡ ਵਾਲਿਆਂ ਨਾਲ ਗੱਲ? ਪਹਿਲਾਂ ਬੋਲ ਚਾਲ ਸਕੋ ਨਹੀਂ ਸੀਗਾ ਵੀ ਇਹ, ਜਦੋਂ ਘਰ ਅਸੀਂ ਬਣਾਇਆ ਦੁਬਾਰਾ ਮੇਰੀ ਭਰਜਾਈ ਲਿਆਉਂਦੀ ਸੀਗੀ ਉਦੋਂ ਤਾਂ ਸਾਨੂੰ ਛੱਡ ਹੀ ਗਿਆ ਸੀਗਾ ਜੀ। ਸਾਨੂੰ ਬੁਲਾਉਣ ਦਾ ਵੀ ਨਹੀਂ ਸੀ, ਸਾਨੂੰ ਘਰੇ ਵੀ ਨਹੀਂ ਆਉਣ ਦਿੰਦਾ ਸੀ ਜੀ। ਹਾਂ, ਮਤਲਬ ਸਾਰਿਆਂ ਨਾਲ ਰਿਸ਼ਤੇ ਨਾਤੇ ਤੋੜ ਲਏ? ਹਾਂਜੀ। ਸੋ ਪਿੰਡ ਵਾਲੇ ਅਤੇ ਜਿਹੜੇ ਕਿ ਕੁਲਦੀਪ ਦੀ ਭੈਣ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਿੰਨਾਂ ਦਾ ਕਹਿਣਾ ਸੀਗਾ ਕਿ ਜਿਹੜੀ ਬੋਲਚਾਲ ਆ ਕੁਲਦੀਪ ਦੇ ਸਾਰੇ ਰਿਸ਼ਤੇਦਾਰਾਂ ਦੇ ਨਾਲ ਬੰਦ ਕਰ ਦਿੱਤੀ ਗਈ ਸੀ, ਬੱਚਿਆਂ ਨੂੰ ਲੈ ਕੇ ਜਿਹੜਾ ਕਿ ਝਗੜਾ ਉਹ ਚੱਲਦਾ ਰਹਿੰਦਾ ਸੀਗਾ, ਅਤੇ ਲੜਕੀ ਆ ਜ਼ਿਆਦਾਤਰ ਪਿੰਡ ਦੇ ਆਪਣੇ ਜਿਹੜੇ ਕਿ ਪੇਕੇ ਘਰ ਹੀ ਰਿਹਾ ਕਰਦੀ ਸੀ, ਅਤੇ ਕੁਛ ਰਾਤ ਨੂੰ ਬੋਲ ਬੁਲਈਆ ਹੋਇਆ, ਉਸ ਤੋਂ ਬਾਅਦ 'ਚ ਕੁਲਦੀਪ ਵੱਲੋਂ ਪੈਟਰੋਲ ਪਾ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ, ਅਤੇ ਜਿਸ ਦੇ ਵਿੱਚ 5 ਜੀਅ ਨੇ ਜਿਹੜੇ ਕਿ ਸੜ ਗਏ, ਜਿਸ ਦੇ ਵਿੱਚ ਉਹਨਾਂ ਦੀ ਪਤਨੀ, ਉਹਨਾਂ ਦਾ ਬੇਟਾ ਅਤੇ ਉਸਦੇ ਜਿਹੜੀ ਕਿ ਬੇਟੀ ਅਤੇ ਨਾਲ ਸੱਸ ਅਤੇ ਸਹੁਰਾ ਉਸਦੀ ਮੌਤ ਹੋ ਗਈ, ਅਤੇ ਅੱਜ ਸਵੇਰੇ ਕੁਲਦੀਪ ਵੱਲੋਂ ਵੀ ਫਾਂਸੀ ਲਗਾ ਕੇ ਆ ਜਿਹੜੀ ਕਿ ਆਪਣੀ ਜੀਵਨ ਲੀਲਾ ਵਾ ਸਮਾਪਤ ਕਰ ਲਈ ਗਈ ਹੈ, ਅਤੇ ਉਸਨੂੰ ਸਿਵਲ ਹੋਸਪਿਟਲ ਦੇ ਵਿੱਚ ਜਿਹੜਾ ਕਿ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ, ਅਤੇ ਹੁਣ ਉਹਨਾਂ ਦੀ ਜਿਹੜੀ ਬੋਡੀ ਆ ਉਸਨੂੰ ਵਾਪਸ ਪਿੰਡ ਲਿਜਾਇਆ ਜਾ ਰਿਹਾ। ਕੈਮਰਾਮੈਨ ਆਕਾਸ਼ ਦੇ ਨਾਲ ਮੈਂ ਏਸ਼ਾ ਪ੍ਰੋ ਪੰਜਾਬ ਲੁਧਿਆਣਾ।